ਕਰ ਸਕਦੇ। ਸੋ ਇੰਟਰਸਟ ਰੇਟ ਵੀ ਥੋੜ੍ਹਾ ਜਿਹਾ ਜੀ ਜੰਪ ਕਰ ਗਿਆ। ਬਿਲਕੁਲ ਹਾਂਜੀ, ਕਿਉਂਕਿ ਇਹਦੇ ਨਾਲ ਕੀ ਕੋਈ ਫਰਕ ਮਾਰਕੀਟ ਦੇ ਵਿੱਚ ਪਿਆ? ਇਹਦੇ 'ਚ ਹੁਣ ਕਾਫੀ ਫਰਕ ਪੈਣਾ ਜੀ। ਦੇਖੋ, ਕੱਲ੍ਹ ਇੰਟਰਸਟ ਰੇਟ ਜਿਹੜਾ 0.25% ਇਨਕਰੀਜ਼ ਹੋਇਆ ਅਤੇ ਓਵਰਨਾਈਟ ਇੰਟਰਸਟ ਰੇਟ 1% ਹੋ ਗਿਆ। ਉਹਦਾ ਨੋਰਮਲ ਕੰਜ਼ਿਊਮਰ ਲਈ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਉਹਨੂੰ ਜਿਹੜਾ ਇੰਟਰਸਟ ਰੇਟ ਮਿਲਣਾ ਉਹ ਪ੍ਰਾਈਮ ਪਲੱਸ ਮਿਲਦਾ, ਅਤੇ ਜਿਹੜਾ ਪ੍ਰਾਈਮ ਪਹਿਲਾਂ ਬੈਂਕਾਂ ਦਾ 2.95% ਹੋਇਆ ਕਰਦਾ ਸੀਗਾ, ਉਹਨਾਂ ਨੇ ਰਾਈਟ ਅਵੇ ਕੱਲ੍ਹ ਤੋਂ 3.2% ਕਰਤਾ ਬਿਨਾਂ ਡਿਲੇ ਕੀਤੇ। ਲੇਕਿਨ ਕੀਤਾ ਕਿ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਜਿਹੜਾ ਚਾਰਜ ਕਰਨਾ ਸੀ, ਜਿਹੜਾ ਪ੍ਰਾਈਮ ਇੰਟਰਸਟ ਇਨਕਰੀਜ਼ ਕੀਤਾ, ਲੇਕਿਨ ਉਹਨਾਂ ਨੇ ਜਿਹੜਾ ਸੇਵਿੰਗ ਇੰਟਰਸਟ ਹੈਗਾ ਉਹ ਅਜੇ ਤੱਕ ਕਈਆਂ ਨੇ ਨਹੀਂ ਇਨਕਰੀਜ਼ ਕੀਤਾ। ਦੇ ਆਰ ਵੈਰੀ ਸਲੋ ਟੂ ਇਨਕਰੀਜ਼ ਇੰਟਰਸਟ ਰੇਟ ਫੋਰ ਦ ਸੇਵਿੰਗ, ਬਟ ਫੋਰ ਇੰਟਰਸਟ ਰੇਟ ਵਟ ਦੇ ਆਰ ਚਾਰਜਿੰਗ ਦੇ ਆਰ ਵੈਰੀ ਕੁਇਕ। ਇੰਟਰਸਟ ਰੇਟ ਐਕਚੁਲੀ ਦੋ ਧਾਰੀ ਤਲਵਾਰ ਹੈਗੀ, ਜਿਹਦਾ ਉਹ ਵੱਧਦਾ ਜਾਂ ਘੱਟਦਾ। ਹੁਣ ਜਿਵੇਂ ਕੱਲ੍ਹ ਰੇਟ ਵਧਿਆ, ਇਹ ਚੰਗਾ ਵੀ ਹੈਗਾ ਕਈਆਂ ਲਈ, ਜਿਨ੍ਹਾਂ ਨੇ ਹੁਣ ਪੈਸੇ ਸੇਵ ਕਰਨੇ ਹੈਗੇ, ਉਹਨਾਂ ਨੂੰ ਤਾਂ ਚਾਹੀਦਾ ਕਿ ਜ਼ਿਆਦਾ ਇੰਟਰਸਟ ਰੇਟ ਹੋਏ। ਤੁਸੀਂ ਜੀ ਆਈ ਸੀਜ਼ ਵਿੱਚ ਸੇਵ ਕਰਨੇ, ਕਿਸੇ ਹੋਰ ਚੀਜ਼ਾਂ ਵਿੱਚ ਸੇਵ ਕਰਨੇ, ਫਿਕਸਡ ਇਨਵੈਸਟਮੈਂਟ ਸੇਵ ਕਰਨੇ, ਉਹਨਾਂ ਲਈ ਤਾਂ ਅੱਛਾ ਹੈ ਇੰਟਰਸਟ ਰੇਟ, ਲੇਕਿਨ ਜਦੋਂ ਇੰਟਰਸਟ ਰੇਟ ਦੇਣਾ ਪੈਂਦਾ ਉਹਨਾਂ ਲਈ ਬੁਰਾ ਬੁਰਾ ਆ। ਸੋ ਇਹਦੇ ਨਾਲ ਜਿਹੜੀ ਰੀਅਲ ਸਟੇਟ ਮਾਰਕੀਟ ਆ ਉਹਦੇ 'ਤੇ ਵੀ ਇਫੈਕਟ ਪਿਆ? ਡੈਫੀਨੇਟਲੀ ਜੀ, ਉੱਤੇ ਤਾਂ ਡਾਇਰੈਕਟ ਇਫੈਕਟ ਪਏਗਾ। ਪਹਿਲਾਂ ਸਾਡੀ ਜਿਹੜੀ ਜੀ ਟੀ ਏ ਦੀ ਮਾਰਕੀਟ ਸੀਗੀ ਉਹ ਆਲਰੇਡੀ ਕਰੀਬਨ 20% ਡਾਊਨ ਸੀਗੀ, ਅਤੇ ਹੁਣ ਇੰਟਰਸਟ ਰੇਟ ਇਨਕਰੀਜ਼ ਹੋਣ ਨਾਲ ਹੋਰ ਹੁਣ ਉਹਨੂੰ ਬੀਅਰ ਮਾਰਕੀਟ ਵਿੱਚ ਆ ਗਈ ਹੈ ਕਹਿ ਲਓ। ਅਤੇ ਹੋਰ ਮੈਨੂੰ ਲੱਗਦਾ ਹੈ ਕਿ ਇਹਨੂੰ ਜਿੱਦਾਂ ਆਪਾਂ ਕਹਿ ਰਹੇ ਸੀਗੇ ਕਿ ਜੁਲਾਈ ਅਗਸਤ ਵਿੱਚ ਚਲੋ ਥੋੜ੍ਹਾ ਜਿਹਾ ਸਟੈਬਲਾਈਜ਼ ਹੋ ਰਿਹਾ, ਥੋੜ੍ਹਾ ਜਿਹਾ ਸਟੈਬਲਾਈਜ਼ ਹੋ ਰਿਹਾ, ਲੇਕਿਨ ਇਹ ਅਚਾਨਕ ਜਿਹੜਾ ਇੰਟਰਸਟ ਰੇਟ ਇਨਕਰੀਜ਼ ਹੋਇਆ ਇਹਦੇ ਨਾਲ ਮੈਨੂੰ ਲੱਗਦਾ ਕਰੀਬਨ 3 ਤੋਂ 8 ਮਹੀਨੇ ਹੋਰ ਲੱਗ ਜਾਣੇ ਨੇ ਸਟੈਬਲਾਈਜ਼ ਹੋਣ, ਕਿਉਂਕਿ ਕਹਿ ਲਓ ਜਦੋਂ ਹੁਣ ਗੱਡੀ ਲੈ ਕੇ ਵਿਚਰੀ ਦਾ ਆ ਬਰੈਂਪਟਨ ਵਿੱਚ ਹੀ ਜਾਂ ਮੌਲਟਨ ਮਿਸਾਗਾ ਵਿੱਚ ਹੀ ਵਿਚਰਦੇ ਹਾਂ, ਜਿਹੜੇ ਘਰ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਲੱਗੇ ਸੀ ਸੇਲ ਅਤੇ ਉਹ ਲੱਗੇ ਦੇ ਲੱਗੇ ਖੜੇ ਆ। ਠੀਕ ਹੈ ਨਰਿੰਦਰ ਜੀ, ਜੇ ਦੇਖੋ ਤੁਸੀਂ ਜੇ ਅਨਰੀਜ਼ਨੇਬਲ ਰੇਟ 'ਤੇ ਲਗਾਓਗੇ ਅਤੇ ਉਹ ਲੱਗੇ ਹੀ ਰਹਿਣਗੇ। ਹੋਇਆ ਵੀ ਕੀ ਸੀਗਾ, ਦੇਖੋ ਮੈਂ ਰੀਅਲ ਇਸਟੇਟ ਦਾ ਐਕਸਪਰਟ ਨਹੀਂ ਹਾਂ, ਲੇਕਿਨ ਜਿਹੜੀ ਬੇਸਿਕ ਅੰਡਰਸਟੈਂਡਿੰਗ ਹੈ, ਹੁਣ ਜੇ ਤੁਹਾਡਾ ਘਰ ਕਿਸੇ 2015 ਵਿੱਚ, ਪਹਿਲਾਂ ਚਲੋ ਇੰਟਰਸਟ ਰੇਟ ਦਾ ਤੁਹਾਨੂੰ ਸਮਝਾਉਣਾ, ਜਿਹੜਾ ਇਹਨਾਂ ਨੇ ਇੰਟਰਸਟ ਰੇਟ ਇਨਕਰੀਜ਼ ਕੀਤਾ 1% 'ਤੇ ਆਇਆ, ਵੀ ਹੈਡ ਸੇਮ ਰੇਟ ਆਫ ਇੰਟਰਸਟ ਇਨ 2015, ਸਿਰਫ 2015 ਦੇ ਲੈਵਲ 'ਤੇ ਲੈ ਕੇ ਆਏ ਆ। ਜੇ ਅਜੇ ਬਹੁਤ ਜ਼ਿਆਦਾ ਇਨਕਰੀਜ਼ ਨਹੀਂ ਹੋਇਆ, ਜੇ ਤੁਹਾਨੂੰ ਯਾਦ ਹੋਏ 2015 ਵਿੱਚ ਓਇਲ ਦੇ ਪ੍ਰਾਈਸਿਸ ਡਿੱਗੇ ਸੀਗੇ, ਉਹ ਪ੍ਰਾਈਸਿਸ ਡਿੱਗਣ ਨਾਲ ਇਹਨਾਂ ਨੇ 50 ਬੇਸਿਸ ਪੁਆਇੰਟ ਘੱਟ ਕਰਤਾ ਸੀ ਇੰਟਰਸਟ, ਅਤੇ ਇਹ ਤਾਂ ਸਿਰਫ ਲੈਵਲ ਹੀ ਲੈ ਕੇ ਆਏ ਆ, ਅਜੇ ਵਧਿਆ ਨਹੀਂ ਵਧਿਆ ਨਹੀਂ ਹੈਗਾ, ਸਿਰਫ ਲੈਵਲ ਲੈ ਕੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਸਿਰਫ ਲੈਵਲ ਲੈ ਕੇ ਆਏ, ਲੇਕਿਨ ਹੁਣ ਫਰਕ ਕੀ ਹੋਇਆ 2015 ਤੋਂ ਹੁਣ ਤੱਕ, ਅਚਾਨਕ ਜੰਪ ਆ ਗਿਆ ਰੀਅਲ ਇਸਟੇਟ ਵਿੱਚ, ਉਹਦੇ ਨਾਲ ਮਾਰਕੀਟ ਹੁਣ ਲੱਗਦਾ ਸਾਨੂੰ ਡੀਸਟੇਬਲਾਈਜ਼ ਹੋ ਗਈ। ਜਦੋਂ ਉਹਨਾਂ ਨੇ 50 ਬੇਸਿਸ ਪੁਆਇੰਟ ਘਟਾਇਆ ਸੀਗਾ ਇੰਟਰਸਟ ਰੇਟ, 5 ਲੱਖ ਦਾ ਘਰ ਮੇਰੇ ਖਿਆਲ ਸਾਲ ਵਿੱਚ ਹੀ 7.75 ਦਾ ਹੋ ਗਿਆ, ਅਚਾਨਕ ਹੋ ਗਿਆ। ਹਾਂਜੀ, ਜੇ ਤੁਹਾਨੂੰ ਇੰਨੀ 50% ਜੰਪ ਕਰ ਰਹੀ ਹੈ, ਅਤੇ ਹੁਣ ਜੇ 20% ਗਿਰ ਵੀ ਰਹੀ ਹੈ, ਯੂ ਆਰ ਸਟਿਲ 30% ਅਹੈਡ। ਲੋਕ ਇਹ ਕਹਿ ਰਹੇ ਨੇ ਕਿ ਮਾਰਕੀਟ ਘਰਾਂ ਦੇ ਪ੍ਰਾਈਸਿਸ ਗਿਰ ਗਏ ਨੇ, ਗਿਰੇ ਨਹੀਂ ਹੈ, ਉਹ ਅਜੇ ਵੀ ਨਹੀਂ ਗਿਰੇ, ਸਟਿਲ ਯੂ ਆਰ ਇਨ ਪ੍ਰੋਫਿਟ। ਤੁਸੀਂ ਇਹ ਦੇਖੋ ਤੁਸੀਂ ਕਿੰਨੇ ਦਾ ਲਿਆ ਸੀ। ਐਗਜੈਕਟਲੀ, ਜੇ ਤੁਹਾਡੇ ਮਾਰਕੀਟ ਪ੍ਰਾਈਸਿਸ ਇਨਕਰੀਜ਼ ਹੋਣ 5-7%, ਵਿਚ ਇਜ਼ ਰੀਜ਼ਨੇਬਲ, ਇੰਨਾ ਵਧਣਾ ਚਾਹੀਦਾ, ਭਾਵੇਂ ਰੀਅਲ ਇਸਟੇਟ ਹੋਵੇ ਭਾਵੇਂ ਕੋਈ ਵੀ ਇਨਵੈਸਟਮੈਂਟ ਹੋਵੇ, ਵਿਚ ਇਜ਼ ਰੀਜ਼ਨੇਬਲ, ਮੈਕਸੀਮਮ ਤੁਸੀਂ 10% ਲਾ ਲਓ। ਲੇਕਿਨ ਮੰਥ ਬਾਏ ਮੰਥ ਇਫ ਯੂ ਆਰ ਹੈਵਿੰਗ ਐਨ ਇਨਕਰੀਜ਼ ਆਫ 15%, 20%, ਅਤੇ ਉਸ ਤੋਂ ਬਾਅਦ ਇੱਕ ਵਾਰ ਥੋੜ੍ਹਾ ਜਿਹਾ ਡਿੱਪ ਆ ਜਾਂਦਾ, ਦੈਟ ਇਜ਼ ਨੋਟ ਕਿ ਮਾਰਕੀਟ ਗਿਰ ਗਈ, ਜਿੱਥੇ ਤੱਕ ਮੇਰਾ ਆਪਣਾ ਖਿਆਲ ਹੈ। ਸੋ ਪਰਿਵਾਰਾਂ ਦੇ ਲਈ ਕੋਸ਼ਿਸ਼ ਹੁੰਦੀ ਪੀ ਟੀ ਵੀ ਪਰਦੇਸੀ ਦੀ ਕਿ ਵੱਖਰੀ ਵੱਖਰੇ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਬੜੇ ਹੱਡ ਭੰਨਵੀਂ ਮਿਹਨਤ ਕਰਕੇ ਅਸੀਂ ਡਾਲਰ ਕਮਾਉਂਦੇ ਹਾਂ, ਜੇ ਉਹਨਾਂ ਤੁਹਾਡੇ ਡਾਲਰਾਂ ਦਾ ਜਿਹੜਾ ਸਹੀ ਉਪਯੋਗ ਨਾ ਹੋਵੇ, ਫਿਰ ਇੱਕ ਮਨ ਦੇ ਵਿੱਚ ਜਿਹੜਾ ਆ ਉਹ ਬਲਾਲ ਰਹਿ ਜਾਂਦਾ, ਦੁੱਖ ਰਹਿ ਜਾਂਦਾ ਆ। ਸੋ ਇਹਨਾਂ ਚੀਜ਼ਾਂ ਨੂੰ ਕਦੋਂ, ਕਿੱਥੇ ਅਤੇ ਕਿਹੜੀ ਜਗ੍ਹਾ ਇਨਵੈਸਟ ਕਰਨਾ ਆ, ਉਹਦੇ ਲਈ ਤੁਹਾਨੂੰ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ, ਫਾਈਨੈਂਸ਼ੀਅਲ ਪਲੈਨਰ, ਉਹਨਾਂ ਦੀ ਜ਼ਰੂਰਤ ਹੁੰਦੀ ਆ। ਸੋ ਅਸੀਂ ਅੱਜ ਗੱਲ ਕਰ ਰਹੇ ਸੀ ਸ਼ਗਨ ਗੋਇਲ ਉਹਨਾਂ ਦੇ ਨਾਲ, ਜਿਨ੍ਹਾਂ ਦੀ ਆਪਣੀ ਖੁਦ ਦੀ ਕੰਪਨੀ ਜੀ ਬੀਵਰ ਫਾਈਨੈਂਸ਼ੀਅਲ ਆ। ਸੋ ਤੁਸੀਂ ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ, 4162701234, 416-270-1234। ਕੋਈ ਵੀ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਨੀਡ ਆ ਉਹਦੇ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਨੇ, ਤੁਹਾਨੂੰ ਹਰ ਇੱਕ ਤਰ੍ਹਾਂ ਦੀ ਸਰਵਿਸਿਜ਼ ਜਿਹੜੀ ਉਹ ਦੇ ਸਕਦੇ ਨੇ।
ਸੋ ਤੁਸੀਂ ਵੀ ਆਪਣੇ ਵੱਲੋਂ ਜਾਂ ਸਾਡੇ ਪਰਿਵਾਰ ਨੂੰ ਜੇ ਕੁਛ ਸ਼ੋਰ ਜੀ ਜਿਵੇਂ ਮੈਂ ਹਰ ਸ਼ੁੱਕਰਵਾਰ ਇੱਥੇ ਆ ਕੇ ਤੁਹਾਨੂੰ ਥੋੜ੍ਹੇ ਜਿਹੇ ਨੌਲੇਜ ਸਪਰੈਡ ਕਰਨ ਦੀ ਕੋਸ਼ਿਸ਼ ਕਰਦਾ ਇਹ ਪ੍ਰੋਗਰਾਮ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੇ ਆ ਕੇ ਮੈਂ ਕੁਛ ਸੈੱਲ ਕਰਨਾ ਚਾਹ ਰਿਹਾ ਜਾਂ ਤੁਸੀਂ ਮੇਰੇ ਤੋਂ ਸਰਵਿਸ ਲਓ ਤੁਸੀਂ ਕਿਸੇ ਤੋਂ ਵੀ ਸਰਵਿਸ ਲਓ ਬਟ ਅਗੇਨ ਪ੍ਰੋਗਰਾਮ ਜ਼ਰੂਰ ਦੇਖੋ ਆਪਣੀ ਫਾਈਨੈਂਸ਼ੀਅਲ ਲਿਟਰੇਸੀ ਨੂੰ ਜ਼ਰੂਰ ਵਾਧਾ ਕਰੋ ਜੇ ਕਦੀ ਕਿਸੇ ਚੀਜ਼ ਦੀ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਕੋਈ ਕੁਐਸਚਨ ਆਉਂਦਾ ਬੇਝਿਜਕ ਤੁਸੀਂ ਮੈਨੂੰ ਹਮੇਸ਼ਾ ਕਾਲ ਕਰ ਸਕਦੇ ਹੋ ਦੇਰ ਵਿਲ ਬੀ ਨੋ ਆਬਲੀਗੇਸ਼ਨ ਟੂ ਬਾਏ ਐਨੀ ਪ੍ਰੋਡਕਟ ਅਤੇ ਅਗੇਨ ਨੰਬਰ ਕਾਲ ਕਰਨ ਲਈ ਹੈਗਾ 416-270-1234 ਸੋ